ਅੰਮ੍ਰਿਤਸਰ ਤੋਂ ਮਿਲੀ 194 ਕਿਲੋ ਹੀਰੋਇਨ ਦੇ ਮਾਮਲੇ ਵਿੱਚ ਪੁਲਿਸ ਨੇ ਅੱਜ ਕੋਰਟ ਵਿੱਚ ਆਰੋਪੀਆਂ ਨੂੰ ਪੇਸ਼ ਕੀਤਾ। ਇਸ ਮੌਕੇ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਕਿਹਾ ਕਿ ਇਸ ਸਾਰੇ ਨਸ਼ੇ ਦੀ ਫੈਕਟਰੀ ਵਿੱਚ ਹੋਰ ਕੌਣ-ਕੌਣ ਸ਼ਾਮਲ ਹਨ ਇਸ ਦੀ ਜਾਂਚ ਕੀਤੀ ਜਾਵੇਗੀ। ਇਸ ਲਈ ਕੋਰਟ ਵੱਲੋਂ ਰਿਮਾਂਡ ਮੰਗੀ ਗਈ। ਅੱਜ ਅਸੀਂ ਮੁਲਜ਼ਮਾਂ ਨੂੰ ਕੋਰਟ 'ਚ ਪੇਸ਼ ਕਰਾਇਆ ਜੀ। ਸਵੇਰੇ ਕੋਰਟ 'ਚ ਪੇਸ਼ ਕਰਾ ਕੇ ਉਹਨਾਂ ਦੀ ਰਿਮਾਂਡ ਦੀ ਐਪਲੀਕੇਸ਼ਨ ਅਸੀਂ ਜੱਜ ਸਾਹਿਬ ਨੂੰ ਦਿੱਤੀ ਹੈ। ਰਿਮਾਂਡ ਐਪਲੀਕੇਸ਼ਨ ਦਾ ਡਿਸੀਜ਼ਨ ਆਉਣ ਵਾਲਾ, ਸਾਨੂੰ ਰਿਮਾਂਡ ਮਿਲ ਜਾਂਦਾ ਅਤੇ ਉਸ ਤੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਏਗੀ। ਅਤੇ ਸਰ ਰਿਮਾਂਡ ਦਾ ਸਰ ਕੀ ਤੁਸੀਂ ਰਿਮਾਂਡ 'ਚ ਕੀ ਲਿਖਿਆ ਸਰ? ਰਿਮਾਂਡ 'ਚ ਅਸੀਂ ਇਹ ਸਾਰੇ ਜਿਹੜਾ ਨੈਕਸਸ ਹੈ ਇਹਨੂੰ ਅਨਰਥ ਕਰਨਾ, ਇਹਨੂੰ ਬ੍ਰੇਕ ਕਰਨਾ ਹੈ, ਕੌਣ ਕੌਣ ਇਹਦੇ 'ਚ ਇਨਵੋਲਵ ਹੈ, ਕੌਣ ਕੌਣ ਸ਼ਾਮਿਲ ਹੈ, ਉਹ ਸਾਰਾ ਕੁਛ ਪਤਾ ਕਰਨਾ। ਇਸ ਕਰਕੇ ਸਾਨੂੰ ਅਨਵਰ ਮਸੀਹ ਦਾ ਕੀ ਹੱਥ? ਜਿਸ ਕੋਠੀ 'ਚੋਂ ਰਿਕਵਰੀ ਹੋਈ ਹੈ ਉਹ ਅਨਵਰ ਮਸੀਹ ਦੀ ਕੋਠੀ ਹੈ। ਅਸੀਂ ਉਹਨਾਂ ਨੂੰ ਸੈਕਸ਼ਨ 67 ਦੇ ਤਹਿਤ ਨੋਟਿਸ ਭੇਜ ਰਹੇ ਹਾਂ, ਉਹਨਾਂ ਨੂੰ ਸ਼ਾਮਿਲ ਇਨਵੈਸਟੀਗੇਸ਼ਨ ਕਰਕੇ ਉਹਨਾਂ ਕੋਲ ਪੁੱਛਾਂਗੇ ਕਿ ਕੋਠੀ ਕਿਸ ਤਰ੍ਹਾਂ ਕੀ ਨਹੀਂ। ਗ੍ਰਿਫਤਾਰੀ ਨਹੀਂ ਅਜੇ ਉਹਨਾਂ ਦੀ ਕੋਈ ਕੀਤੀ ਗਈ। ਜੇ ਜਦੋਂ ਵੀ ਉਹਨਾਂ ਦੇ ਖਿਲਾਫ਼ ਕੋਈ ਐਵੀਡੈਂਸ ਔਨ ਰਿਕਾਰਡ ਆਏਗੀ ਉਹਨਾਂ ਨੂੰ ਗ੍ਰਿਫਤਾਰ ਕਰ। ਕੋਈ ਲੱਗ ਰਹੀ ਉਹਦੇ ਵਿੱਚ ਕੋਈ ਇਨਵੋਲਵਮੈਂਟ ਕਿਸੇ ਤਰ੍ਹਾਂ? ਫਿਲਹਾਲ ਇੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ। 67 ਦੇ ਨੋਟਿਸ ਤੋਂ ਬਾਅਦ ਉਹ ਕੀ ਕਹਿੰਦੇ ਨੇ, ਉਹਨਾਂ ਦੀ ਸਟੇਟਮੈਂਟ ਤੋਂ, ਕ੍ਰਿਮੀਨਲ ਜਿਹੜੇ ਬੰਦੇ ਅਰੈਸਟ ਹੋਏ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ, ਇੰਟਰੋਗੇਸ਼ਨ ਤੋਂ ਜੋ ਫੈਕਟ ਸਾਹਮਣੇ ਆਉਂਦੇ ਉਹਦੇ ਅਕੋਰਡਿੰਗ ਕਰ ਰਹੇ ਹਾਂ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ, ਟੀਵੀ NRI।